कांग्रेस नेता बरिंदर सिंह ढिल्लों ने सरकार और प्रशासन से हाथ जोड़कर मदद मांगी है। आखिर क्या है मामला, चलिए आपको दिखाते हैं। ਸਸਿਕਾ ਜੀ, ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ, ਇਹ ਸਾਡੇ ਸਾਥੀ ਵਿਚਾਰੇ ਮਹੱਤੜ ਲੋਕ ਆਪਣੀ ਰੋਜੀ ਰੋਟੀ ਕਮਾਉਣ ਦੇ ਸਾਧਨ ਨਾਲ ਰੋਜ਼ ਲੜਦੇ ਆ। ਆ ਇਹਨਾਂ ਦੇ ਏਰੀਏ ਨੂੰ ਰਾਹ ਜਾਂਦਾ, ਇੱਥੇ 5-5 ਫੁੱਟ ਪਾਣੀ ਆ, ਇੱਧਰੋਂ ਦੀ ਪਾਣੀ ਆਇਆ। ਇਹ ਬਿਹਤਰ ਦੱਸ ਸਕਦੇ ਆ ਵੀ ਕੀ ਹਾਲਾਤ ਆ, ਇਹਨਾਂ ਦੀ ਮਦਦ ਕੀਤੀ ਜਾਵੇ। ਸਾਡੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਇਸ ਸਮੇਂ ਰਾਜਨੀਤੀ ਤੋਂ ਉੱਠ ਕੇ, ਉੱਪਰ ਉੱਠ ਕੇ ਇਹਨਾਂ ਦੀ ਮਦਦ ਕਿਵੇਂ ਹੋ ਸਕਦੀ ਆ, ਕਿਹੜਾ ਕਸੂਰ ਆ, ਕੀ ਨਹੀਂ ਹੋ ਸਕਦਾ। ਮੇਰੀ ਅਪੀਲ ਆ ਇਹਨਾਂ ਦੀ, ਇਹਨਾਂ ਦੀ ਮੁਸ਼ਕਲ ਆ ਔਰ ਇਹਨਾਂ ਦੀ ਡਿਮਾਂਡ ਇਹ ਤੁਹਾਨੂੰ ਆਪ ਦੱਸ ਦਿੰਦੇ ਆ, ਤਾਂ ਕਿ ਇਹਨਾਂ ਦਾ ਆਪਾਂ ਹੱਲ ਕੋਈ ਕੱਢ ਸਕੀਏ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਦੱਸਣਾ ਚਾਹੁੰਦਾ ਵੀ ਜਿਹੜਾ ਸਾਡਾ ਇਲਾਕਾ ਹੈ, ਇਹਦਾ ਚਲੋ ਪਾਣੀ ਆ ਗਿਆ ਪਿਛਲੇ ਸਾਲਾਂ ਤੋਂ, ਇਹਨੂੰ ਮਤਲਬ ਕਿ ਏਦਾਂ ਰੱਖਿਆ ਗਿਆ ਜਿੱਦਾਂ ਕਿ ਸੁਪੇਲਾ ਹੁੰਦਾ, ਜਿੱਦਾਂ ਪੰਜਾਬ ਦਾ ਜਾਂ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਹੈਗਾ। ਠੀਕ ਹੈ ਜੀ, ਅੱਜ ਤਾਂ ਚਲੋ ਪਾਣੀ ਆ ਗਿਆ, ਅਸੀਂ ਪਾਣੀ ਬਾਰੇ ਤੁਹਾਨੂੰ ਦੱਸਦੇ ਹਾਂ ਜੀ। ਸਵੇਰ ਦਾ ਸਾਡੇ ਕੋਈ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ, ਨਾ ਹੀ ਸਾਨੂੰ ਕੋਈ ਸਹਾਇਤਾ ਪਹੁੰਚੀ। ਜੇ ਸਾਨੂੰ ਮਸ਼ੀਨ ਵੀ ਮਿਲੀ, ਉਹ ਵੀ ਅੱਧੇ ਘੰਟੇ ਲਈ ਮਿਲੀ ਮਸ਼ੀਨ, ਉਹ ਵੀ ਮਸ਼ੀਨ ਲੈ ਕੇ ਸਾਡੇ ਦੀ, ਠੀਕ ਹੈ ਨਾ। ਔਰ ਅਸੀਂ ਜਿਹੜਾ ਬੰਨ ਲਗਾਇਆ ਬੋਰੀਆਂ ਦਾ ਬੰਨ ਲਗਾਇਆ, ਉਹ ਸਾਡੇ ਯੂਥ ਨੇ ਲਗਾਇਆ। ਆ ਯੂਥ ਦੇਖ ਲਓ ਕਿੰਨਾ, ਸਾਡਾ ਯੂਥ ਵੀ ਦੇਖੋ ਕਿੰਨਾ। ਦੂਜੀ ਗੱਲ, ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਆਹ ਮਿੱਟੀ ਦੇ ਢੇਰ ਲੱਗੇ ਹੋਏ ਆ ਡੇਡੇ, ਇਹ ਨੈਸ਼ਨਲ ਹਾਈਵੇ ਨੇ, ਮਿੱਟੀ ਸੁੱਟੀ ਹੈ ਇੱਥੇ, ਇਹਦੇ ਕਾਰਨ ਸਾਡੇ ਏਰੀਏ 'ਚ ਸਾਡੇ ਘਰਾਂ 'ਚ ਪਾਣੀ ਗਿਆ, ਔਰ ਇਹਦੇ ਕਾਰਨ ਹੀ ਸਾਡਾ ਸਭ ਤੋਂ ਵੱਡੇ ਸਾਡੇ ਨੁਕਸਾਨ ਹੋਏ, ਜਿੱਦਾਂ ਕਿ ਸਾਡੇ ਟੀਵੀ, ਫਰਿੱਜ ਸਾਡੇ, ਠੀਕ ਹੈ ਜੀ, ਇਨਵੇਟਰ ਔਰ ਫਰਨੀਚਰ, ਸਾਰਾ ਸਾਡਾ ਖਾਣ ਪੀਣ ਦਾ ਸਮਾਨ ਖਰਾਬ ਹੋ ਗਿਆ। ਸਵੇਰ ਦਾ ਸਾਡੇ ਘਰਾਂ 'ਚ ਪਾਣੀ ਆਇਆ ਪਿਆ, ਸਾਡੀ ਕਿਸੇ ਨੇ ਪੁੱਛ ਨਹੀਂ ਕੀਤੀ, ਪ੍ਰਸ਼ਾਸਨ ਨੇ ਕਿਸੇ ਨੇ ਸਾਨੂੰ ਪੁੱਛਿਆ।